ਅਸੀਂ ਹਮੇਸ਼ਾ ਸੁਣਦੇ ਹਾਂ ਕਿ ਮੈਨੀਫੈਸਟੋ ਹੈ ਜੀ, ਮੈਨੀਫੈਸਟੋ ਕਦੋਂ ਦਾ ਹੈ ਜੀ? ਪੰਜਾਬ ਲੈਵਲ ਦਾ ਮੈਨੀਫੈਸਟੋ ਹੈ। ਕਦੀ ਕਿਸੇ ਨੇ ਬੋਲਿਆ ਕਿ ਉੜਮੋ ਟਾਂਡੇ ਲੈਵਲ ਦਾ ਮੈਨੀਫੈਸਟੋ ਵੀ ਹੈਗਾ? ਡਰੱਗ ਫ੍ਰੀ ਚਾਹੁੰਦੇ ਹਾਂ ਅਸੀਂ, ਉੜਮੋ ਟਾਂਡਾ, ਰੇਤ ਮਾਫੀਆ ਫ੍ਰੀ ਚਾਹੁੰਦੇ ਹਾਂ। ਉਸ ਤੋਂ ਬਾਅਦ ਆਪਾਂ ਟਾਈਟਅਪ ਇਸ ਤਰੀਕੇ ਨਾਲ ਕਰਾਂਗੇ ਕਿ ਲਾਅ ਐਂਡ ਆਰਡਰ ਨੂੰ, ਕਿ ਕ੍ਰਾਈਮ ਦੀ ਕੋਈ ਗੁੰਜਾਇਸ਼ ਨਾ ਰਹੇ। ਜਿਹਨਾਂ ਨੂੰ ਆਪਾਂ ਟੋਭਾ ਕਹਿ ਦਿੰਦੇ ਹਾਂ, ਤਲਾਬ ਕਹਿ ਦਿੰਦੇ ਹਾਂ, ਉਹ ਕੱਚੇ ਨੇ, ਪਾਣੀ ਭਰੇ ਪਏ ਨੇ ਉਹਦੇ ਵਿੱਚ, ਕੋਈ ਉਹਦੀ ਬੈਰੀਗੇਟਿੰਗਸ ਨਹੀਂ ਹੋਈ। ਅਤੇ ਕੱਲ੍ਹ ਹੀ ਮੈਂ ਉਹਨੂੰ ਦੇਖ ਰਿਹਾ ਸੀ ਅਤੇ ਆਪਾਂ ਗੱਲ ਕਰ ਰਹੇ ਸੀ, ਅਤੇ ਅੱਜ ਹੀ ਇੱਕ ਖਬਰ ਆ ਗਈ ਕਿ ਇੱਕ ਬੱਚਾ ਉੱਥੇ ਡੁੱਬ ਕੇ ਮਰ ਗਿਆ, ਪਤੰਗ ਉਡਾਉਂਦਾ ਹੋਇਆ। ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ, ਤਾਂ ਮੈਂ ਤੁਹਾਡੇ ਨਾਲ ਪੂਜਾ ਰਾਣੀ। ਅੱਜ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਜ਼ਰੀਏ ਨਵੀਂ ਸੋਚ, ਨਵੀਂ ਆਗਾਜ਼, ਟਾਂਡਾ ਉੜਮੁੜ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਅਰਸ਼ਦੀਪ ਸਿੰਘ ਜੀ ਨਾਲ ਰੂਬਰੂ ਕਰਵਾਉਣ ਲਈ ਜਾ ਰਹੇ ਹਾਂ, ਜਿਨ੍ਹਾਂ ਦਾ ਚੋਣ ਨਿਸ਼ਾਨ ਮੰਜੀ ਹੈ, ਜੋ ਕਿ ਰਾਜਨੀਤਿਕ ਅਖਾੜੇ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਉਤਰੇ ਹਨ। ਤਾਂ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਤਾਂ ਉਹਨਾਂ ਕੋਲ ਉਹਨਾਂ ਬਾਰੇ ਜਾਣਕਾਰੀ ਲੈਂਦੇ ਹਾਂ। ਸਰ, ਤੁਹਾਡਾ ਪਬਲਿਕ ਸਪੋਰਟ ਨਿਊਜ਼ ਫੋਕਸ ਚੈਨਲ 'ਤੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਥੈਂਕ ਯੂ ਸੋ ਮਚ ਪੂਜਾ ਜੀ। ਸਰ, ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਜਾਣਕਾਰੀ ਦਿਓ। ਪੂਜਾ ਜੀ, ਮੇਰਾ ਨਾਮ ਅਰਸ਼ਦੀਪ ਸਿੰਘ ਹੈ, ਅਤੇ ਜਿੱਦਾਂ ਤੁਹਾਨੂੰ ਪਤਾ ਹੈ, ਮੈਂ ਉੜਮੂ ਟਾਂਡਾ ਹਲਕੇ ਤੋਂ 41 ਨੰਬਰ ਕੋਨਸਟੀਟੂਐਂਸੀ ਤੋਂ ਇਸ ਵਾਰੀ ਇਲੈਕਸ਼ਨ ਲੜਨ ਜਾ ਰਿਹਾ ਸੰਯੁਕਤ ਸਮਾਜ ਮੋਰਚੇ ਵੱਲੋਂ। ਸੋ ਪਹਿਲਾਂ ਮੇਰਾ ਜਿਹੜਾ ਜੀਵਨ ਰਿਹਾ ਹੈ ਜੀ, ਮੈਂ ਆਪਦੀ ਸਕੂਲਿੰਗ ਡਿਸਟ੍ਰਿਕਟ ਗੁਰਦਾਸਪੁਰ ਤੋਂ 10ਵੀਂ ਤੱਕ ਕੀਤੀ। ਉਸ ਤੋਂ ਬਾਅਦ ਮੈਂ 11th 12th ਚੰਡੀਗੜ੍ਹ ਪੜ੍ਹਾਈ ਕੀਤੀ, ਫਿਰ ਮੈਂ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਤੋਂ ਕੀਤੀ ਜੀ। ਉਸ ਤੋਂ ਬਾਅਦ 2 ਸਾਲ ਮੈਂ ਜੋਬ ਦੇ ਵਿੱਚ ਰਿਹਾ, ਜੋਬ ਕਰਨ ਤੋਂ ਬਾਅਦ ਇੱਕ ਮਲਟੀਨੈਸ਼ਨਲ ਕੰਪਨੀ 'ਚ ਮੈਂ ਜੋਬ ਕੀਤੀ, ਫਿਰ ਮੈਂ ਆਪਣੀ ਪੜ੍ਹਾਈ ਅੱਗੇ ਵਧਾਈ, ਮੈਂ ਦਿੱਲੀ ਚਲਾ ਗਿਆ ਪੜ੍ਹਨ। ਦਿੱਲੀ ਮੈਂ ਮਾਸਟਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੀਤੀ ਜੀ, 2009 ਤੋਂ 2011 ਤੱਕ। 2011 ਤੋਂ ਬਾਅਦ ਮੈਂ ਫਿਰ ਇੱਕ ਮਲਟੀਨੈਸ਼ਨਲ ਕੰਪਨੀ 'ਚ ਜੋਬ ਕੀਤੀ, ਮੈਂ ਬੰਬੇ ਜੋਬ ਕੀਤੀ, ਫਿਰ ਹੈਦਰਾਬਾਦ, ਫਿਰ ਪੂਨੇ। ਉਸ ਤੋਂ ਬਾਅਦ ਮੈਂ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਆਪਣਾ ਕਾਰੋਬਾਰੀ ਸਫ਼ਰ ਸ਼ੁਰੂ ਕੀਤਾ। ਮੈਂ ਸੰਨ 2015 ਦੇ ਵਿੱਚ ਇੱਥੇ ਇੱਕ ਇੰਜੀਨੀਅਰਿੰਗ ਕਾਲਜ ਬਣਾਇਆ, ਉਸ ਦੇ ਨਾਲ ਮੇਰਾ ਇੱਕ NGO ਰਨ ਹੋ ਰਿਹਾ ਸੀ, ਇੰਜੀਨੀਅਰਿੰਗ ਪਲੱਸ ਮੈਨੇਜਮੈਂਟ ਕਾਲਜ। ਚਲਾਉਂਦੇ ਚਲਾਉਂਦੇ ਅਸੀਂ ਮੈਡੀਕਲ ਲਾਈਨ 'ਚ ਵੀ ਆ ਗਏ। ਅਸੀਂ ਤਕਰੀਬਨ ਹੁਣ ਤੱਕ ਕਈ ਨਸ਼ਿਆਂ ਦੇ ਖਿਲਾਫ਼ ਮੈਰਾਥੋਨਸ ਕਰਾਈਆਂ। ਅਸੀਂ ਹੀ ਇੱਕ ਐਕਟਿਵਿਸਟ ਇਹੋ ਜਿਹੇ ਹੈਗੇ ਹਾਂ ਕਿ ਜਿਨ੍ਹਾਂ ਨੇ ਡਰੱਗਸ ਦੇ ਅਗੇਂਸਟ ਪੂਰੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਕੋਈ ਮੈਰਾਥਨ ਕਰਾਈ ਹੈ। ਦੈਨ ਬਹੁਤ ਸਾਰੇ ਬਲੱਡ ਡੋਨੇਸ਼ਨ ਕੈਂਪਸ ਕੋਵਿਡ ਦੇ ਵਿੱਚ, ਮੈਡੀਕਲ ਕੈਂਪਸ, ਲੋਕਾਂ ਨੂੰ ਘਰ ਘਰ ਦਵਾਈਆਂ ਪਹੁੰਚਾਉਣੀਆਂ। ਉਸ ਤੋਂ ਬਾਅਦ ਜੀ ਅਸੀਂ ਔਰਗੈਨਿਕ ਫਾਰਮਿੰਗ ਨੂੰ ਬਹੁਤ ਬੜਾਵਾ ਦੇਣ ਦੀ ਕੋਸ਼ਿਸ਼ ਕੀਤੀ, ਬਿਕੋਜ਼ ਜਿਹੜੀ ਸਾਡੇ ਜਿਹੜੀ ਫਾਰਮਿੰਗ ਕਮਿਊਨਿਟੀ ਹੈ, ਉਹਨੂੰ ਆਪਾਂ ਅਪਲਿਫਟ ਤਾਂ ਹੀ ਕਰ ਸਕਦੇ ਹਾਂ ਕਿ ਜੇ ਆਪਾਂ ਨਵੀਂ ਫਾਰਮਿੰਗ ਦੇ ਵੱਲ ਜਾਵਾਂਗੇ। ਸੋ ਇਨ ਨਟਸ਼ੈਲ ਇਹ ਸਾਰਾ ਕੁਛ ਮੈਂ ਕਰ ਰਿਹਾ ਸੀਗਾ ਜੀ। ਸਰ, ਹੋਰ ਪਾਰਟੀਆਂ ਦੇ ਉਮੀਦਵਾਰ ਆਪਣੇ ਵੋਟਰਸ ਨੂੰ ਲਲਚਾ ਕੇ ਜਾਂ ਹੋਰ ਵੀ ਕਈ ਅਜੀਬੋ ਗਰੀਬ ਢੰਗ ਨਾਲ ਆਪਣੇ ਵੱਲ ਖਿੱਚ ਰਹੇ ਨੇ, ਤੁਹਾਡੇ ਕੋਲ ਇਹ ਜੀ ਕਿਹੜੀ ਰਾਜਨੀਤੀ ਹੈ ਜਿਹੜੀ ਤੁਸੀਂ ਆਪਣੀ ਗੱਲ ਵੋਟਰਸ ਤੱਕ ਪਹੁੰਚਾ ਸਕਦੇ ਹੋ? ਦੇਖੋ ਪੂਜਾ ਜੀ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਕੋਈ ਵੀ ਪਾਰਟੀ ਹੈ ਉਹ ਕੋਈ ਏਜੰਡਾ ਸਾਹਮਣੇ ਲੈ ਕੇ ਆਉਂਦੀ ਹੈ, ਤਾਂ ਉਹ ਇੱਕ ਨਾ ਪੰਜਾਬ ਲੈਵਲ ਦਾ ਏਜੰਡਾ ਹੁੰਦਾ। ਅਸੀਂ ਹਮੇਸ਼ਾ ਸੁਣਦੇ ਹਾਂ ਕਿ ਮੈਨੀਫੈਸਟੋ ਹੈ ਜੀ, ਮੈਨੀਫੈਸਟੋ ਕਦੋਂ ਦਾ ਹੈ ਜੀ? ਪੰਜਾਬ ਲੈਵਲ ਦਾ ਮੈਨੀਫੈਸਟੋ ਹੈ। ਕਦੀ ਕਿਸੇ ਨੇ ਬੋਲਿਆ ਕਿ ਉੜਮੋ ਟਾਂਡੇ ਲੈਵਲ ਦਾ ਮੈਨੀਫੈਸਟੋ ਵੀ ਹੈਗਾ? ਸੋ ਜਿਹੜੇ ਸਾਡੇ ਏਜੰਡੇ ਨੇ ਉਹ ਬਹੁਤ ਹੀ ਗ੍ਰਾਸਰੂਟ ਲੈਵਲ ਦੇ ਹੋਣਗੇ ਉੜਮੋ ਟਾਂਡਾ ਹਲਕੇ ਦੇ, ਚਾਹੇ ਉਹ ਸੀਵਰੇਜ ਨੂੰ ਲੈ ਕੇ ਹੈ, ਚਾਹੇ ਉਹ ਰੂਰਲ ਇਨਫਰਾਸਟ੍ਰਕਚਰ ਨੂੰ ਲੈ ਕੇ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਅਸੀਂ ਆਪਣੀ ਨੋਮੀਨੇਸ਼ਨ ਦੀ ਗੱਲ ਕਰਦੇ ਹਾਂ। ਜਦੋਂ ਅਸੀਂ ਆਪਣੀ ਨੋਮੀਨੇਸ਼ਨ ਫਾਈਲ ਕਰਨ ਜਾਣਾ ਸੀਗਾ, ਸਾਨੂੰ ਡਿਸਟ੍ਰਿਕਟ ਹੈੱਡਕੁਆਰਟਰ ਬੁਲਾਇਆ ਗਿਆ। ਉਹਦਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਜਿਹੜਾ ਸਾਡਾ ਐਡਮਿਨਿਸਟ੍ਰੇਟਿਵ ਇਨਫਰਾਸਟ੍ਰਕਚਰ ਹੈ ਉਹ ਘੱਟ ਹੈਗਾ ਐਜ਼ ਕੰਪੇਅਰ ਟੂ ਬਾਕੀ ਤਹਿਸੀਲਾਂ ਜਿਹੜੀਆਂ ਇੱਥੇ ਨੇ, ਚਾਹੇ ਉਹ ਮੁਕੇਰੀਆ ਦਸੂਆ ਹੈ। ਮੁਕੇਰੀਆਂ ਦੇ ਕੈਂਡੀਡੇਟਸ ਨੇ ਮੁਕੇਰੀਆਂ 'ਚ ਫਾਈਲ ਕੀਤਾ, ਸਾਨੂੰ ਹੁਸ਼ਿਆਰਪੁਰ ਕਿਉਂ ਜਾਣਾ ਪਿਆ ਡਿਸਟ੍ਰਿਕਟ ਹੈੱਡਕੁਆਰਟਰ? ਇਹੀ ਉਹਦਾ ਰੀਜ਼ਨ ਹੈ ਕਿ ਜਿਹੜਾ ਇਨਫਰਾਸਟ੍ਰਕਚਰ ਹੈ। ਹਾਲਾਂਕਿ ਜਿਹੜਾ ਸਾਡੀ ਇੱਥੇ ਵੋਟ ਹੈਗੀ 1,80,000 ਵੋਟ ਹੈ ਇਸ ਹਲਕੇ ਦੇ ਵਿੱਚ। ਸੋ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਣ ਦੀ ਬਹੁਤ ਜ਼ਰੂਰਤ ਹੈ ਜੀ। ਔਰ ਅਸੀਂ ਮੈਂ ਮਤਲਬ ਐਜ਼ ਐਨ ਐਫੀਡੇਵਿਟ ਦੇਣ ਵਾਲਾ ਹਾਂ, ਮੈਂ ਪੰਜਾਬ ਲੈਵਲ 'ਤੇ ਜੋ ਸਾਡੇ ਏਜੰਡੇ ਆ ਅਸੀਂ ਐਫੀਡੇਵਿਟ ਦੇ ਵਿੱਚ ਜਨਤਾ ਦੇ ਸਾਹਮਣੇ ਲੈ ਕੇ ਜਾਵਾਂਗੇ। ਔਰ ਇੱਕ ਜਿਹੜੇ ਉੜਮੁੜ ਟਾਂਡੇ ਹਲਕੇ ਦੇ ਜਿਹੜੇ ਮੁੱਦੇ ਨੇ, ਮੈਂ 13 ਏਜੰਡੇ ਆਪਣੇ ਤੌਰ 'ਤੇ ਆਪ ਘੁੰਮ ਕੇ ਪਿੰਡ ਪਿੰਡ ਜਾ ਕੇ ਅਸੀਂ ਬਣਾਏ ਨੇ ਕਿ ਜਿਹੜੀ ਜ਼ਰੂਰਤ ਹੈ, ਚਾਹੇ ਉਹ ਪੱਕੇ ਛੱਤਾਂ ਦੀ ਗੱਲ ਹੋ ਜਾਵੇ, ਠੀਕ ਹੈ ਜੀ, ਜ਼ਿਮੀਂਦਾਰਾਂ ਦੀ ਗੱਲ ਹੋਏ। ਜਿਹੜੀ ਇੱਕ ਬਹੁਤ ਹੀ ਵੱਡੀ ਦਿੱਕਤ ਆ ਰਹੀ ਹੈ ਕਿ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਕੋਈ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਨਹੀਂ ਹੈਗਾ। ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਤੋਂ ਭਾਵ ਇਹ ਹੈ ਕਿ ਜੇ ਕੰਮ ਹੈ ਉਹ ਜੇ ਅੱਜ ਤੁਸੀਂ ਕੰਮ ਕਰਵਾਉਣ ਜਾਣਾ ਕਿਸੇ ਸੈਂਟਰ ਦੇ ਵਿੱਚ, ਤਾਂ ਤੁਹਾਨੂੰ ਚਾਹੇ ਤੁਹਾਨੂੰ 24 ਘੰਟੇ ਬਾਅਦ ਉਸ ਚੀਜ਼ ਦੀ ਜ਼ਰੂਰਤ ਹੈ, ਪਰ ਤੁਹਾਨੂੰ 5 ਤੋਂ 7 ਦਿਨ ਲੱਗ ਜਾਂਦੇ, 10-10-15-15 ਦਿਨ ਵੇਟ ਕਰਨੀ ਪੈਂਦੀ ਹੈ। ਅੱਛਾ, ਫਿਰ ਉਸ ਤੋਂ ਬਾਅਦ ਕੋਈ ਰਿਪੋਰਟਿੰਗ ਮੈਕੈਨਿਜ਼ਮ ਨਹੀਂ ਹੈਗਾ ਕਿ ਜਿਹੜਾ ਸਰਕਾਰੀ ਅਫਸਰ ਹੈ, ਜਿਹੜਾ ਪਬਲਿਕ ਸਰਵੈਂਟ ਹੈ,
ਉਹ ਰਿਪੋਰਟਿੰਗ ਕਿਵੇਂ ਕਰੂਗਾ। ਸੋ ਆਪਾਂ ਇੱਕ ਮੈਨੀਫੈਸਟੋ ਚੀਜ਼ ਲੈ ਕੇ ਆ ਰਹੇ ਹਾਂ ਕਿ ਬਈ ਜਿਹੜਾ ਵੀ ਸਰਕਾਰੀ ਅਫਸਰ ਹੈ ਉਹਨੂੰ ਆਪਣੇ ਮਹੀਨੇ ਵਾਰ ਮਹੀਨੇ ਜੋ ਉਹਨੇ ਕੰਮ ਕੀਤਾ ਉਹਨੂੰ ਪਬਲਿਕ ਫੋਰਮ ਦੇ ਵਿੱਚ ਪਬਲਿਕ ਫੋਰਮ ਓਪਨਲੀ ਉਹਨੂੰ ਡਿਸਪਲੇ ਕਰਨਾ ਪਊਗਾ, ਦੱਸਣਾ ਪਊਗਾ ਲੋਕਾਂ ਨੂੰ ਕਿ ਬਈ ਮੈਂ ਇੰਨੇ ਕੰਮ ਕੀਤੇ, ਇੰਨੇ ਕੰਮ ਆਏ ਸੀ ਅਤੇ ਇੰਨੇ ਮੈਂ ਸਹੀ ਕੀਤੇ, ਇੰਨੇ ਮੇਰੇ ਕੋਲ ਕੰਪਲੀਟ ਹੋਏ, ਇੰਨੇ ਮੇਰੇ ਕੋਲ ਇਨਕੰਪਲੀਟ ਰਹਿ ਗਏ। ਸੋ ਇੱਕ ਅਸੀਂ ਜਨਤਾ ਵਾਸਤੇ ਸਾਰੀ ਉੜਮੁੜ ਟਾਂਡਾ ਦੀ ਜਨਤਾ ਵਾਸਤੇ ਸਾਰਾ ਕੰਮ ਕਰਨ ਜਾ ਰਹੇ ਹਾਂ। ਦੂਸਰਾ ਆ ਜਾਂਦੀ ਗੱਲ ਸਪੋਰਟਸ ਇਨਫਰਾਸਟਰਕਚਰ ਦੀ। ਮੈਂ ਇਹ ਚਾਹੁੰਦਾ ਕਿ ਅਸੀਂ ਇੱਕ ਕਮਿਟਮੈਂਟ ਵੀ ਮੈਂ ਕਰ ਰਿਹਾ ਔਰ ਵਾਇਆ ਐਫੀਡੈਵਿਟ ਆਪਾਂ ਦੇਵਾਂਗੇ ਕਿ ਆਪਾਂ ਦੋ ਸਟੇਟ ਆਫ ਆਰਟ ਸਟੇਡੀਅਮਸ ਇੱਕ ਟਾਂਡਾ ਦੇ ਵਿੱਚ ਇੱਕ ਗੜਦੀਵਾਲ ਦੇ ਵਿੱਚ ਬਣਾਵਾਂਗੇ ਜਿਹਦੇ ਵਿੱਚ ਇੱਕ ਪ੍ਰੋਪਰ ਕੋਚਿੰਗ ਸਿਸਟਮ ਹੋਏਗਾ ਸਾਡਾ, ਬਿਕੋਜ਼ ਸਟੇਡੀਅਮ ਉਦੋਂ ਹੀ ਚੱਲਣਗੇ ਜਦੋਂ ਅੱਛੇ ਕੋਚਿਸ ਹੋਣਗੇ ਉੱਥੇ। ਠੀਕ ਹੈ ਜੀ। ਤੀਸਰੀ ਗੱਲ ਆ ਜਾਂਦੀ ਹੈ ਸਾਡੀ ਨਸ਼ਿਆਂ ਦੀ। ਡਰੱਗ ਫਰੀ ਚਾਹੁੰਦੇ ਹਾਂ ਅਸੀਂ ਉੜਮੂ ਟਾਂਡਾ, ਰੇਤ ਮਾਫੀਆ ਫਰੀ ਚਾਹੁੰਦੇ ਹਾਂ। ਉਸ ਤੋਂ ਬਾਅਦ ਆਪਾਂ ਟਾਈਟਅਪ ਇਸ ਤਰੀਕੇ ਨਾਲ ਕਰਾਂਗੇ ਕਿ ਲੋਅ ਐਂਡ ਆਰਡਰ ਨੂੰ ਕਿ ਕ੍ਰਾਈਮ ਦੀ ਕੋਈ ਗੁੰਜਾਇਸ਼ ਨਾ ਰਹੇ। ਹੁਣ ਇਹ ਰੀਸੈਂਟਲੀ ਆਪਾਂ ਦੇਖਿਆ ਇੱਕ ਸਾਲ ਪਹਿਲਾਂ ਇੱਥੇ 11 ਲੱਖ ਦੀ ਡਕੈਤੀ ਹੋਈ ਸੀਗੀ। ਠੀਕ ਹੈ, ਹਜੇ ਤੱਕ ਵੀ ਉਹ ਬੰਦੇ ਫੜੇ ਨਹੀਂ ਗਏ। ਠੀਕ ਹੈ। ਦੈਨ ਆਪਾਂ ਰੂਰਲ ਇਨਫਰਾਸਟਰਕਚਰ ਦੀ ਗੱਲ ਕਰਦੇ ਹਾਂ। ਕੱਲ੍ਹ ਹੀ ਮੈਂ ਇੱਕ ਇੱਥੇ ਹਲਕੇ 'ਚ ਪਿੰਡ ਹੈਗਾ ਡੱਫਰ ਪਿੰਡ, ਉੱਥੇ ਗਿਆ ਸੀ। ਉੱਥੇ ਜਿਹੜੇ ਵਾਟਰ ਸ਼ੈਡਸ ਨੇ, ਜਿਹੜੇ ਆਪਣੇ ਜਿਹਨਾਂ ਨੂੰ ਆਪਾਂ ਟੋਭਾ ਕਹਿ ਦਿੰਦੇ ਹਾਂ, ਤਲਾਬ ਕਹਿ ਦਿੰਦੇ ਹਾਂ, ਉਹ ਕੱਚੇ ਨੇ, ਪਾਣੀ ਭਰੇ ਪਏ ਨੇ ਉਹਦੇ ਵਿੱਚ, ਕੋਈ ਉਹਦੀ ਬੈਰੀਗੇਟਿੰਗਸ ਨਹੀਂ ਹੋਈ। ਅਤੇ ਕੱਲ੍ਹ ਹੀ ਮੈਂ ਉਹਨੂੰ ਦੇਖ ਰਿਹਾ ਸੀ ਅਤੇ ਆਪਾਂ ਗੱਲ ਕਰ ਰਹੇ ਸੀ ਅਤੇ ਅੱਜ ਹੀ ਇੱਕ ਖਬਰ ਆ ਗਈ ਕਿ ਇੱਕ ਬੱਚਾ ਉੱਥੇ ਡੁੱਬ ਕੇ ਮਰ ਗਿਆ, ਪਤੰਗ ਉਡਾਉਂਦਾ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ। ਐਂਡ ਇਸ ਤਰ੍ਹਾਂ ਦੇ ਆਪਾਂ ਇੱਕ ਹੋਰ ਮੈਂ ਗੱਲ ਕਰਦਾ, ਮੈਂ ਐਕਸ ਸਰਵਿਸਮੈਨ ਦੀ ਗੱਲ ਕਰਦਾ। ਸਾਡੇ ਏਰੀਆ ਦੇ ਵਿੱਚ ਉੜਮੂ ਟਾਂਡਾ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਐਕਸ ਸਰਵਿਸਮੈਨਸ ਨੇ। ਆਪਾਂ ਉਹਨਾਂ ਨੂੰ ਯੂਟੀਲਾਈਜ਼ ਕਰ ਸਕਦੇ ਹਾਂ ਬਿਕੋਜ਼ ਉਹਨਾਂ ਨੇ ਕੰਟਰੀ ਨੂੰ ਸਰਵ ਕੀਤਾ। ਅਸੀਂ ਆਪਣੇ ਯੂਥ ਨੂੰ ਮੋਟੀਵੇਟ ਕਰਨ ਵਾਸਤੇ ਉਹਨਾਂ ਦੀ ਇਨਵੋਲਵਮੈਂਟ ਲੈ ਸਕਦੇ ਹਾਂ। ਸੋ ਇਸ ਤਰ੍ਹਾਂ ਦੇ ਕਈ ਏਜੰਡੇ ਨੇ ਜਿਹੜੇ ਆਪਾਂ ਗ੍ਰਾਸਰੂਟ ਲੈਵਲ 'ਤੇ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ ਜੀ। ਸਰ, ਤੁਹਾਡੀ ਪਾਰਟੀ ਕਿਸਾਨ ਅੰਦੋਲਨ ਵਿੱਚੋਂ ਬੜੀ ਉੱਭਰ ਕੇ ਆਈ ਹੈ, ਤੁਸੀਂ ਕਿਸਾਨਾਂ ਲਈ ਹੀ ਸੋਚਿਆ ਜਾਂ ਹੋਰ ਵਰਗ ਦੇ ਲੋਕਾਂ ਬਾਰੇ ਵੀ ਤੁਸੀਂ ਸੋਚਿਆ ਹੋਇਆ ਹੈ? ਪੂਜਾ ਜੀ, ਜਿਹੜੀ ਸਾਡੀ ਪਾਰਟੀ ਦਾ ਨਾਮ ਹੀ ਹੈ ਉਹੀ ਸੰਯੁਕਤ ਸਮਾਜ ਮੋਰਚਾ ਹੈ, ਚਾਹੇ ਇਹ ਕਿਸੇ ਕਿਸਾਨੀ ਮੋਰਚੇ 'ਚੋਂ ਨਿਕਲ ਕੇ ਆਈ ਹੈ। ਜਿਹੜੀ ਸਾਡੀ ਕਿਸਾਨੀ ਵਾਸਤੇ ਜੰਗ ਸੀ, ਜਿਹੜੀ ਆਪਾਂ ਦਿੱਲੀ ਉੱਥੇ ਇੱਕ ਜੁਝਾਰੂਪਨ ਦਿਖਾ ਕੇ ਜੰਗ ਜਿੱਤੀ ਹੈ, ਉਹ ਉਸ ਸਮੇਂ ਦੀ ਮੰਗ ਸੀਗੀ। ਹੁਣ ਅਸੀਂ ਸਰਬਪੱਖੀ ਵਿਕਾਸ ਚਾਹੁੰਦੇ ਹਾਂ। ਅਸੀਂ ਹਮੇਸ਼ਾ ਧਰਨੇ ਲਾ ਕੇ ਤਾਂ ਨਹੀਂ ਆਪਣਾ ਹੱਕ ਲੈ ਸਕਦੇ ਨਾ, ਅਸੀਂ ਆਪਣੇ ਬੱਚੇ ਵੀ ਪੜ੍ਹਾਉਣੇ ਹੈ। ਸੋ ਜਿਹੜੀ ਸਾਡੀ ਪਾਰਟੀ ਹੈ ਉਹਦਾ ਏਜੰਡਾ ਸਰਬਪੱਖੀ ਵਿਕਾਸ ਹੈ। ਉਹ ਚਾਹੇ ਕੋਈ ਵੀ ਕਾਸਟ ਹੋਏ, ਕ੍ਰੀਡ ਹੋਏ, ਕੋਈ ਵੀ, ਸਾਡੇ ਵਾਸਤੇ ਹਿਊਮੈਨਿਟੀ ਸਭ ਤੋਂ ਅੱਗੇ ਹੈ, ਇਨਸਾਨੀਅਤ ਸਭ ਤੋਂ ਅੱਗੇ ਹੈ। ਸੋ ਕਿਸਾਨ, ਯੈਸ, ਸਾਡਾ ਅਟੂਟ ਅੰਗ ਹੈ ਕਿਸਾਨੀ। ਅਸੀਂ ਐਗਰੀਕਲਚਰ ਸਟੇਟ ਹੈ, 70% ਜਿਹੜੀ ਸਾਡੀ ਇਕੋਨਮੀ ਹੈ ਸਾਡੀ ਐਗਰੀਕਲਚਰ ਦੇ ਉੱਤੇ ਬੇਸਡ ਹੈ। ਬਟ ਡੈਫੀਨੇਟਲੀ ਅਸੀਂ ਹਰ ਤਬਕੇ ਬਾਰੇ ਔਰ ਆਪਣਾ ਜਿਹੜਾ ਮੈਨੀਫੈਸਟੋ ਹੈ ਉਹਦੇ ਵਿੱਚ ਅਸੀਂ ਹਰ ਚੀਜ਼ ਕਵਰ ਕਰਕੇ ਲੈ ਕੇ ਆ ਰਹੇ ਹਾਂ। ਐਜੂਕੇਸ਼ਨ ਅਸੀਂ ਕਵਰ ਕਰ ਰਹੇ ਹਾਂ, ਹੈਲਥ ਕੇਅਰ ਕਵਰ ਕਰ ਰਹੇ ਹਾਂ, ਵਿਮੈਨ ਇੰਪਾਵਰਮੈਂਟ ਦੀ ਅਸੀਂ ਗੱਲ ਕਰ ਰਹੇ ਹਾਂ। ਸੋ ਬਾਕੀ ਜਿੱਥੇ ਕਿ ਪਾਰਟੀਆਂ ਅਤੇ ਇੱਕ ਪੰਜਾਬ ਦਾ ਮੈਨੀਫੈਸਟੋ ਲੈ ਕੇ ਘੁੰਮ ਰਹੀਆਂ, ਅਸੀਂ ਜਿਹੜੇ ਹੈ ਅਸੀਂ ਕੋਨਸਟੀਟੂਐਂਸੀ ਵਾਈਜ਼ ਮੈਨੀਫੈਸਟੋ ਬਣਾਏ ਨੇ ਉੱਥੇ ਦੀਆਂ ਬੁਨਿਆਦੀ ਦਿੱਕਤਾਂ ਦੇਖ ਕੇ। ਸਰ, ਤੁਸੀਂ ਐਜੂਕੇਸ਼ਨ ਫੀਲਡ ਤੋਂ, ਮੰਨ ਲਓ ਤੁਸੀਂ ਜਿੱਤ ਜਾਂਦੇ ਹੋ, ਅਤੇ ਐਜੂਕੇਸ਼ਨ ਫੀਲਡ ਵਿੱਚ ਤੁਸੀਂ ਇਹੋ ਜਿਹੇ ਕੀ ਚੇਂਜਸ ਲੈ ਕੇ ਆਓਗੇ ਜਾਂ ਕੀ ਤੁਸੀਂ ਹੋਰ ਇੰਪਰੂਵਮੈਂਟ ਕਰ ਸਕਦੇ ਹੋ? ਬੀਂਗ ਐਨ ਐਜੂਕੇਸ਼ਨਿਸਟ ਪੂਜਾ ਜੀ, ਦੇਖੋ ਇਹ ਸਵਾਲ ਹੀ ਨਹੀਂ ਆਉਂਦਾ ਜਿੱਤ ਹਾਰ ਦਾ। ਜਿਹੜਾ ਐਜੂਕੇਸ਼ਨਿਸਟ ਬੰਦਾ ਹੁੰਦਾ ਉਹਦਾ ਕੰਮ ਹੀ ਹੁੰਦਾ ਕਿ ਹਮੇਸ਼ਾ ਐਜੂਕੇਟ ਕਰਦੇ ਰਹਿਣਾ। ਸੋ ਇਹ ਤਾਂ ਜਿੱਤ ਹਾਰ ਦਾ ਤਾਂ ਕੋਈ ਸਵਾਲ ਨਹੀਂ ਗਾ। ਐਜੂਕੇਸ਼ਨ ਨੂੰ ਲੈ ਕੇ ਮੈਂ ਬਹੁਤ ਸਿੰਸੀਅਰ ਹਾਂ ਜੀ, ਔਰ ਬਹੁਤ ਆਪਾਂ ਕੌਨਸ਼ੀਅਸ ਐਫਰਟ ਕਰ ਰਹੇ ਹਾਂ। ਈਵਨ ਕਿ ਮੈਂ ਟਾਂਡੇ ਉੜਮੁੜ ਹਲਕੇ ਦੇ ਵਿੱਚ ਸਾਰੇ ਲੋਕਾਂ ਦੇ ਘਰੋਂ ਘਰੀ ਜਾ ਕੇ ਮਿਲ ਵੀ ਰਹੇ ਹਾਂ ਅਸੀਂ, ਅਤੇ ਇੱਥੇ ਲੜਕੀਆਂ ਦੀ ਐਜੂਕੇਸ਼ਨ ਦੀ ਬਹੁਤ ਜ਼ਰੂਰੀ ਹੈ। ਬੇਸਿਕਲੀ ਜੇ ਮੈਂ ਹੁਣ ਪੂਰੇ ਕੰਟਰੀ ਦਾ ਆਪਣੇ ਦੇਸ਼ ਦੀ ਗੱਲ ਦੱਸਾਂ ਕਿ ਗਰੋਸ ਇਨਰੋਲਮੈਂਟ ਰੇਸ਼ੋ ਇਸ ਟਾਈਮ 26% ਹੈ। ਗਰੋਸ ਇਨਰੋਲਮੈਂਟ ਰੇਸ਼ੋ ਦਾ ਮਤਲਬ ਇਹ ਹੁੰਦਾ ਕਿ ਜੇ 100 ਬੱਚਾ 12ਵੀਂ ਕਰਦਾ ਤਾਂ 26 ਗ੍ਰੈਜੂਏਸ਼ਨ 'ਚ ਐਡਮਿਸ਼ਨ ਲੈ ਰਹੇ, ਬਾਕੀ 74 ਡਰੋਪ ਆਊਟ ਨੇ। ਸੋ ਇੱਕ ਜਿੱਤ ਹਾਰ ਤੋਂ ਲਹਿਦਾ, ਇੱਕ ਮੈਂ ਐਫੀਡੈਵਿਟ ਦੇਣ ਜਾ ਰਿਹਾ, ਉਹਦੇ ਵਿੱਚ ਅਸੀਂ 300 ਲੜਕੀਆਂ ਨੂੰ ਫਰੀ ਗ੍ਰੈਜੂਏਸ਼ਨ ਕਰਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਇਹ ਜਿਹੜਾ ਅਗਲਾ ਸੈਸ਼ਨ ਹੈ 22-23 ਦੇ ਵਿੱਚ, 2022-2023 ਅਕੈਡਮਿਕ ਸੈਸ਼ਨ ਦੇ ਵਿੱਚ ਅਸੀਂ 300 ਬੱਚੀਆਂ ਨੂੰ ਫਰੀ ਗ੍ਰੈਜੂਏਸ਼ਨ ਕਰਾਵਾਂਗੇ। ਉਹ ਮੈਂ ਆਲਰੇਡੀ ਆਪਾਂ ਰੈਡੀ ਵੀ ਕਰ ਰਿਹਾ ਐਫੀਡੈਵਿਟ, ਆਪਾਂ 1-2 ਦਿਨਾਂ ਦੇ ਵਿੱਚ ਮੀਡੀਆ ਦੇ ਵਿੱਚ ਵੀ ਉਹਨੂੰ ਦੇਵਾਂਗੇ। ਸੋ ਇਹੋ ਹੀ ਐਜੂਕੇਸ਼ਨ ਮੇਰੇ ਵਾਸਤੇ, ਦਿਸ ਇਜ਼ ਵੈਰੀ ਪਰਸਨਲ ਟੂ ਮੀ, ਐਜੂਕੇਸ਼ਨ ਜੀ ਮੇਰੇ ਵਾਸਤੇ ਇੱਕ ਏਜੰਡੇ ਤੋਂ ਬਾਹਰ ਚੀਜ਼ ਹੈ। ਸਰ, ਤੁਸੀਂ ਆਪਣੇ ਵੋਟਰ ਅਤੇ ਸਪੋਰਟਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਨਹੀਂ, ਅਸੀਂ ਤਾਂ ਪਹਿਲੀ ਅਪੀਲ ਤਾਂ ਸਾਡੀ ਇਹ ਹੈ ਕਿ ਸਾਨੂੰ ਵੋਟ ਕਰੋ, ਬਿਕੋਜ਼ ਆਜ਼ਾਦੀ ਤੋਂ ਬਾਅਦ ਕਦੀ ਵੀ ਨਾ ਵੋਟ ਕਰਨ ਦਾ ਜਾਂ ਕੋਈ ਕਿਸੇ ਸਿਆਸਤਦਾਨ ਨੂੰ ਚੁਣਨ ਦਾ ਕੋਈ ਮਾਪਦੰਡ ਕਦੀ ਰਿਹਾ ਨਹੀਂ ਕੋਈ। ਸੋ ਮੈਂ ਚਾਹੁੰਦਾ ਇੱਕ ਤਾਂ ਮਾਪਦੰਡ ਲੋਕ ਬਣਾਉਣ ਆਪਣੇ ਮਨ ਦੇ ਵਿੱਚ,
एक एजुकेशन नू मापदंड लैके चलण हो कि बई किहड़ा एजुकेटड है किहड़ा नहीं हैगा। चोण ते इसे बेसिस ते किसे आधार ते चोण होना चाहिए ना। तो मैं यही अपील करूँगा कि पहला हर जिहड़े जिन्ने भी अपने सियासदान खड़े ने उन्हां दा एक स्तर चैक किया जाए, वोटर एजुकेट होवे और आप चैक करे। करन तो बाद डेफिनेटली मैं कहना अपील करदा कि मैनू वोट करो। और जिहड़े मैं एजेंडे बनाए ने 13 एजेंडे ने जिहड़े जिन्हां उत्ते मैं एफिडेविट देन जा रहा, वो चाहे विमेन एम्पावरमेंट के उत्ते है, जॉब के उत्ते है, ड्रग्स के उत्ते है, एग्रीकल्चर के उत्ते है, MSP के उत्ते है, वो सारे आपां फुलफिल करांगे। होर भी बहुत एजेंडे ने और जिहड़े टाइम टू टाइम आउंदे रहणगे डे टू डे प्रोग्रेस के नाल, उन्हूं भी असीं फुलफिल करांगे। सो यही साडा, यही मेरा वादा है ते यही मैं अपील करदा कि मैनू वोट करो। ये सन संयुक्त समाज मोर्चे तो अर्शदीप सिंह जी, इन्हों साडे वल्लों बहुत बहुत शुभकामनावां।